ਟੂ ਨਿਊਜ਼ ਵਿੱਚ ਤੁਹਾਡਾ ਸਵਾਗਤ। ਭਾਰਤ ਇੱਕ ਬਹੁਤ ਧਰਮੀ ਦੇਸ਼ ਹੈ। ਇੱਥੇ ਵੱਖ ਵੱਖ ਧਰਮਾਂ ਦੇ ਕਈ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੇ ਲੋਕ ਆਪਣੇ ਆਪਣੇ ਗੁਰੂ ਪੀਰਾਂ ਨੂੰ ਧਿਆਉਂਦੇ ਹਨ। ਪਿਛਲੇ ਦਿਨੀ ਸੁਖਦੇਵ ਸਿੰਘ ਤੇ ਉਸਦੀ ਪਤਨੀ ਤੇ ਕੁਛ ਸ਼ਰਾਰਤੀ ਤੱਤਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਉਹਨਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਇੱਕ ਪਾਸੇ ਉਸਦੀ ਪਤਨੀ ਵੱਲੋਂ ਚੰਡੀਗੜ੍ਹ SSP ਨੂੰ ਦਰਖਾਸਤ ਦਿੱਤੀ ਗਈ। ਅੰਮ੍ਰਿਤਸਰ ਵਿੱਚ ਕ੍ਰਿਸਚਨ ਭਾਈਚਾਰੇ ਵੱਲੋਂ ਵੀ ਸ਼ਰਾਰਤੀ ਤੱਤਾਂ ਖਿਲਾਫ਼ ਕਾਰਵਾਈ ਕਰਨ ਲਈ ਅੰਮ੍ਰਿਤਸਰ SSP ਦਿਹਾਂਤੀ ਨੂੰ ਵੀ ਮੰਗ ਪੱਤਰ ਦਿੱਤਾ ਗਿਆ। ਆਓ ਦੇਖਦੇ ਹਾਂ ਇੱਕ ਰਿਪੋਰਟ। ਮੈਂ ਪੂਰਨ ਸਫਰੀ, ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਭਲਾਈ ਦਲ, ਮੇਰੇ ਨਾਲ ਪਾਸਟਰ ਰਣਜੀਤ ਜੀ, ਪਾਸਟਰ ਲਾਭ ਜੀ, ਪਾਸਟਰ ਗੱਜਨ ਜੀ ਅਤੇ ਹੋਰ ਸਤਿਕਾਰਯੋਗ ਸਾਥੀ, ਅਸੀਂ SSP ਸਾਹਿਬ ਨੂੰ ਅੱਜ ਮਿਲੇ ਹਾਂ। ਉਹਦਾ ਮਿਲਣ ਦਾ ਕਾਰਨ ਇੱਕ ਤਾਂ ਮੇਨ ਇਹ ਆ ਕਿ ਪੰਜਾਬ ਦੇ ਵਿੱਚ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਇੱਕ ਵੱਡੀ ਪੱਧਰ 'ਤੇ ਰੋਸ ਲਹਿਰ ਪਾਈ ਜਾ ਰਹੀ ਹੈ। ਉਹਦਾ ਕਾਰਨ ਇਹ ਆ, ਪਿੰਡ ਢੀਂਗਾ ਵਾਲੀ ਅਬੋਹਰ ਦੇ ਕੋਲ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ, ਉਸ ਜਗ੍ਹਾ 'ਤੇ ਅਬੋਹਰ ਤੋਂ ਸਾਡੇ ਪਾਸਟਰ ਸੁਖਦੇਵ ਜੀ ਅਤੇ ਉਹਨਾਂ ਦੀ ਪਤਨੀ ਵੱਲੋਂ ਇੱਕ ਘਰ ਦੇ ਵਿੱਚ ਖਾਣਾ ਖਾਣ ਲਈ, ਜਿਨ੍ਹਾਂ ਨੇ ਉਹਨਾਂ ਨੂੰ ਸੱਦਿਆ ਸੀ, ਬੁਲਾਇਆ ਸੀ, ਗਏ ਸੀ ਅਤੇ ਖਾਣਾ ਖਾਣ ਤੋਂ ਬਾਅਦ ਜਦੋਂ ਉਹਨਾਂ ਨੇ ਗੱਡੀ ਜਿਹੜੀ ਲਾਈ ਸੀ ਤਾਂ ਉਹਨਾਂ ਨੇ ਦੇਖਿਆ ਕਿ ਗੱਡੀ ਦੇ ਸਾਰੇ ਟਾਇਰਾਂ ਦੇ ਵਿੱਚ ਹਵਾ ਕੱਢੀ ਸੀ ਅਤੇ ਕੁਝ ਲੋਕ ਉੱਥੇ ਸ਼ਰਾਰਤੀ ਤੱਤ ਜਿਹੜੇ ਗੁੰਡਾ ਅਨਸਰ ਸੀ ਵੱਡੇ ਪੱਧਰ 'ਤੇ ਇਕੱਠੇ ਹੋਏ ਸੀ ਅਤੇ ਉਸ ਜਗ੍ਹਾ 'ਤੇ ਉਹਨਾਂ ਨੂੰ ਘੇਰ ਕੇ ਉਹ ਭੈਣ ਜੀ ਹੁਣਾਂ ਨੂੰ ਪਿੰਡ ਦੇ ਜਿਹੜੇ ਸਰਪੰਚ ਆ ਜੁਗੇਸ਼ ਅਤੇ ਹੋਰ ਜਿਹੜੇ ਕੋਈ ਸ਼ਰਾਰਤੀ ਬੰਦੇ ਆ ਉਹਨਾਂ ਨੇ ਘੇਰ ਕੇ ਉਹਨਾਂ ਦੇ ਗੁਪਤ ਅੰਗਾਂ ਨੂੰ ਨਾਲ ਛੇੜਛਾੜ ਕੀਤੀ ਆ ਅਤੇ ਪਵਿੱਤਰ ਬਾਈਬਲ ਪਾੜ ਦਿੱਤੀ ਆ ਅਤੇ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਜੇ ਤੁਸੀਂ ਸਾਡੇ ਦੇਵੀ ਦੇਵਤਿਆਂ ਦੇ ਅੱਗੇ ਝੁੱਕ ਕੇ ਗੋਡੇ ਨਵਾ ਕੇ ਮੱਥਾ ਨਾ ਟੇਕੋ, ਹਿੰਦੂ ਧਰਮ ਕਬੂਲ ਨਾ ਕਰੋ ਅਤੇ ਅਸੀਂ ਇੱਥੇ ਹੀ ਕੱਪੜੇ ਪਾੜ ਕੇ ਨੰਗਨ ਵਿਵਸਥਾ 'ਚ ਕਰਕੇ ਅਤੇ ਬਲਾਤਕਾਰ ਕਰਾਂਗੇ। ਜੋ ਉਹਨਾਂ ਨੇ ਆਪਣੀ ਦਰਖਾਸਤ ਦੇ ਵਿੱਚ SSP ਚੰਡੀਗੜ੍ਹ ਨੂੰ ਦਰਖਾਸਤ ਦਿੱਤੀ ਆ ਉਹਦੇ ਵਿੱਚ ਦੱਸਿਆ ਹੈ ਅਤੇ ਇਹ ਪੂਰੇ ਪੰਜਾਬ ਦੇ ਵਿੱਚ ਸਗੋਂ ਭਾਰਤ ਦੇ ਵਿੱਚ ਰੋਸ ਲਹਿਰ ਪਾਈ ਜਾਂਦੀ ਹੈ। ਇਸ ਵਿਸ਼ੇ 'ਤੇ ਅਸੀਂ SSP ਸਾਹਿਬ ਨੂੰ ਮਿਲੇ ਸੀ ਅਤੇ ਉਹਨਾਂ ਨੇ ਭਰੋਸਾ ਦਵਾਇਆ ਕਿ ਅਗਰ ਉੱਥੇ ਉਸ ਜਗ੍ਹਾ 'ਤੇ FIR ਹੁੰਦੀ ਹੈ ਜਾਂ ਨਹੀਂ ਹੁੰਦੀ, ਅਸੀਂ ਇਹ ਵੀ ਜਿਹੜਾ ਤੁਹਾਡਾ ਮੰਗ ਪੱਤਰ ਭੇਜ ਦਿਆਂਗੇ, ਇਹ 'ਤੇ ਤੁਰੰਤ ਜਿਹੜੀ ਆ ਕਾਰਵਾਈ ਕੀਤੀ ਜਾਊਗੀ। ਅਤੇ ਦੂਜੀ ਸਾਡੀ ਮੰਗ ਇਹ ਸੀ ਕਿ ਪਿਛਲੇ ਮਹੀਨਾ 5ਵੇਂ ਦੇ 20 ਤਰੀਕ ਨੂੰ ਜੇਠਵਾਲ ਪਿੰਡ ਵਿਖੇ ਇੱਕ ਕਬਰਸਤਾਨ ਦੇ ਵਿੱਚ ਜਿੱਥੇ ਰੁੱਖ ਲਾਏ ਹੋਏ ਸੀ, ਸ਼ਰਾਰਤੀ ਅਨਸਰਾਂ ਨੇ ਉਹ ਰੁੱਖ ਵੱਢ ਦਿੱਤੇ ਅਤੇ SSP ਸਾਹਿਬ ਨੂੰ ਮਿਲੇ ਸੀ ਅਤੇ ਮਹੀਨੇ ਬਾਅਦ ਉਸ ਜਗ੍ਹਾ 'ਤੇ ਇਹਨਾਂ ਦੇ ਬਿਆਨ ਹੋਏ, ਪਿੰਡ ਦੇ ਸਰਪੰਚ ਦੇ ਵੀ ਬਿਆਨ ਹੋਏ ਜਿਹੜੇ ਸ਼ਰਾਰਤੀ ਅਨਸਰਾਂ ਨੇ ਰੁੱਖ ਵੱਢੇ ਸੀ। ਅਜੇ ਤੱਕ FIR ਉਹਨਾਂ 'ਤੇ ਲੋਜ ਨਹੀਂ ਹੋਈ। ਇਸ ਮੁੱਦੇ 'ਤੇ ਵੀ ਉਹਨਾਂ ਨੂੰ ਮਿਲੇ ਅਤੇ SSP ਸਾਹਿਬ ਨੇ ਉਹਦੀ ਜਿਹੜੀ ਰਿਪੋਰਟ ਆ ਮੰਗਵਾ ਕੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਤੀਸਰਾ ਮੁੱਦਾ ਸਾਡਾ ਇਹ ਸੀ ਕਿ ਵਿੱਕੀ ਥੋਮਸ 'ਤੇ ਜਿਹੜਾ ਅਜਨਾਲੇ ਥਾਣੇ ਦੇ ਵਿੱਚ 153 ਧਾਰਾ ਦਾ ਵਾਧਾ ਕੀਤਾ ਗਿਆ ਹੈ ਅਤੇ ਉਹਨੂੰ ਜਿਹੜੀ ਆ ਪੰਜਾਬ ਦੀ ਪੁਲਿਸ ਆ ਉਹ ਜਿੱਥੇ ਕਿਤੇ ਵੀ ਪੰਜਾਬ ਤੋਂ ਬਾਹਰ ਆ ਉਹਨੂੰ ਗ੍ਰਿਫਤਾਰ ਕਰਕੇ ਫੜ ਕੇ ਗ੍ਰਿਫਤਾਰ ਕਰੇ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ, ਉਹ ਹੋਰ ਕੋਈ ਐਸਾ ਭੜਕਾਊ ਬਿਆਨ ਨਾ ਦੇਵੇ ਜਿਹਦੇ ਨਾਲ ਸਿੱਖ ਭਾਈਚਾਰਾ ਅਤੇ ਮਸੀਹ ਭਾਈਚਾਰੇ ਦੇ ਵਿੱਚ ਜਿਹੜੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚੇ ਅਤੇ ਦਰਾੜਾਂ ਪੈਣ ਅਤੇ ਦੰਗੇ ਹੋਣ। ਲੇਕਿਨ ਕੀ ਲੱਗਦਾ ਕੀ ਆ ਤੁਹਾਨੂੰ, ਮਨਸ਼ਾ ਕੀ ਲੱਗਦੀ ਹੈ ਲੋਕਾਂ ਦੀ, ਕਿਉਂ ਵਾਰ ਵਾਰ ਮਸੀਹ ਭਾਈਚਾਰੇ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ, ਚਾਹੇ ਅਬੋਹਰ ਦੀ ਗੱਲ ਕੀਤੀ ਜਾਵੇ, ਚਾਹੇ ਡੱਡੂਆਣਾ ਪਿੰਡ ਦੇ ਨਜ਼ਦੀਕ ਦੀ ਗੱਲ ਕੀਤੀ ਜਾਵੇ, ਉੱਥੇ ਵੀ ਕੁਝ ਨਿਹੰਗ ਸਿੰਘ ਲੋਕਾਂ ਵੱਲੋਂ ਆ ਕੇ ਖਲਰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਵਿੱਕੀ ਥੋਮਸ ਦੀ ਗੱਲ ਕੀਤੀ ਜਾਵੇ, ਉਹ ਵੀ ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਅਜਿਹੇ ਬਿਆਨ ਕਰਦਾ, ਚਾਹੇ ਕਿ ਪਹਿਲੇ ਵਿੱਕੀ ਥੋਮਸ ਖੁਦ ਮਸੀਹ ਭਾਈਚਾਰੇ ਤੋਂ ਹੀ, ਮਨਸ਼ਾ ਕੀ ਲੱਗਦੀ ਹੈ?
ਮੈਂ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਅੰਮ੍ਰਿਤਸਰ ਦੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਆ, ਉਹਨਾਂ ਨੇ ਗੁਜ਼ਰੇ ਦਿਨਾਂ 'ਚ ਘੱਲੂਘਾਰੇ ਦੇ ਸਮੇਂ ਇੱਕ ਐਸਾ ਬਿਆਨ ਦਿੱਤਾ ਸੀ ਕਿ ਜਿਹੜਾ ਮਸੀਹ ਭਾਈਚਾਰਾ ਵਾ ਉਹਦੀ ਤਾਦਾਦ ਵੱਧਦੀ ਆ, ਪ੍ਰਚਾਰ ਪ੍ਰਸਾਰ ਵੱਧਦਾ ਵਾ ਅਤੇ ਸਿੱਖ ਭਾਈਚਾਰਾ ਜਿਹੜਾ ਵਾ ਉਹ ਉਹਨਾਂ ਨੂੰ ਧਰਮ ਤਬਦੀਲੀ ਦੀ ਇੱਦਾਂ ਸ਼ੰਕਾ ਪ੍ਰਗਟ ਕੀਤੀ ਸੀ ਅਤੇ ਉਹੀ ਕਾਰਨ ਆ ਐਡੇ ਵੱਡੇ ਅਹੁਦੇ 'ਤੇ ਉਹ ਬੈਠੇ ਆ ਅਤੇ ਜਿਹੜਾ ਹਰਿਮੰਦਰ ਸਾਹਿਬ ਆ ਉਹਨਾਂ ਨੂੰ ਚਾਰੇ ਦਰਵਾਜ਼ੇ ਆ, ਕੋਈ ਵੀ ਧਰਮ ਦਾ ਵਿਅਕਤੀ ਉੱਥੇ ਜਾ ਸਕਦਾ ਵਾ। ਪਰ ਇਹ ਉਹਨਾਂ ਦੇ ਬਿਆਨ ਦੇਣ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ ਆਹ ਸ਼ਾਂਤੀ ਵਾਲਾ ਮਾਹੌਲ ਬਣਿਆ ਵਾ ਅਤੇ ਮੈਂ ਇਹ ਬੇਨਤੀ ਚਾਹੁੰਦਾ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਵੀ ਜਿਹੜੇ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਕਿ ਸਿਆਸੀ ਆ, ਜਿਹਦੇ ਨਾਲ ਭਾਈਚਾਰਕ ਸਾਂਝ ਦੇ ਵਿੱਚ ਫੁੱਟ ਪਵੇ ਜਾਂ ਦੰਗੇ ਹੋਣ, ਕਿਉਂਕਿ ਪੰਜਾਬ ਦੇ ਵਿੱਚ ਅਮਨ ਚੈਨ ਦੇ ਨਾਲ ਸਾਰੇ ਭਾਈਚਾਰੇ ਜਿਹੜੇ ਆ ਵੱਸ ਰਹੇ ਆ, ਕੋਈ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ ਅਤੇ ਸਾਡੇ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਅਤੇ 25 ਤਹਿਤ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਵਾ, ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ, ਉਹਨੂੰ ਆਜ਼ਾਦੀ ਹੈ। ਪਰ ਜੋ ਕੁਝ ਸਾਡੀ ਆਜ਼ਾਦੀ ਨੂੰ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ, ਉਹਦਾ ਕਤਲ ਕੀਤਾ ਜਾ ਰਿਹਾ, ਮੈਂ ਸਮਝਦਾ ਸੰਵਿਧਾਨ ਦਾ ਕਤਲ ਕਰਨ ਦੀ ਇਹ ਮਨਸਾ ਵਾ। ਅਤੇ ਸਾਰੇ ਜਿਹੜੇ ਧਾਰਮਿਕ ਆਗੂ ਆ ਉਹਨਾਂ ਨੂੰ ਭਾਈਚਾਰੇ ਸਾਂਝ ਦੇ ਵਿੱਚ ਅਜੇ ਏਕਤਾ ਅਤੇ ਅਖੰਡਤਾ ਦੀ ਜਿਹੜਾ ਸੰਦੇਸ਼ ਦੇਣਾ ਚਾਹੀਦਾ ਤਾਂ ਕਿ ਜਿਹੜਾ ਮਾਹੌਲ ਆ